ਦੂਜਾ ਜੋ ਸਵਾਲ ਪੁੱਛਿਆ ਗਿਆ ਹੈ ਦੱਸਿਆ ਜਾਵੇ ਕਿ ਸਵੇਰੇ ਪੰਜ ਪਾਣੀਆਂ ਪੜੇ ਤੋਂ ਬਿਨਾ ਕੁਝ ਖਾ ਪੀ ਸਕਦੇ ਹਾਂ ਇਹਦੇ ਬਾਰੇ ਬੇਨਤੀ ਇਸ ਤਰ੍ਹਾਂ ਹੈ ਪਹਿਲਾਂ ਵੀ ਕੀਤੀ ਸੀ ਪਿੰਧਤ ਨਿਮ ਤੋਂ ਬਾਅਦ ਹੀ ਕੁਝ ਖਾਣਾ ਪੀਣਾ ਚਾਹੀਦਾ ਹੈ ਜੇ ਸਾਨੂੰ ਸਵੇਰੇ ਪਿਆਸ ਲੱਗੀ ਹੈ ਪਾਣੀ ਦੀ ਫਿਰ ਤੁਸੀਂ ਜਪਜੀ ਸਾਹਿਬ ਜਾਂ ਜਪੂ ਸਾਹਿਬ ਦਾ ਬਾਠ ਕਰਕੇ ਹੀ ਪੀਣਾ ਹੈ ਜੇ ਮਜਬੂਰੀ ਹੈ ਤੇ ਜੇ ਕੋ ਜਿਆਦਾ ਜ਼ਰੂਰੀ ਹੈ ਸਰੀਰ ਕਸ਼ਟ ਹੈ ਤੇ ਰਹਿਤ ਨਾਮਿਆਂ ਚ ਮਾਰਨੇ ਵੀ ਕਿਹਾ ਹੈ ਕਿ ਜਪਜੀ ਸਾਹਿਬ ਤੇ ਜਾਪ ਸਾਹਿਬ ਪੜੇ ਤੋਂ ਬਿਨਾ ਕੋਈ ਵੀ ਮੂੰਹ ਦੇ ਵਿੱਚ ਅੰਨ ਦਾ ਦਾਣਾ ਨਹੀਂ ਪੋਣਾ ਹੈ ਕੋ शकਣਾ ਨਹੀਂ ਹੈ ਰਹਿਤ ਨਾਮੇ ਦਾ ਬਚਨ ਹੈ ਬਿਨ ਜਪ ਜਾਪ ਜਪੇ ਬਿਨ ਜੋ ਜਿਵੈ ਪ੍ਰਸਾਦ ਸੋ ਬਿਸਟਾ ਕਾ ਕਰਮ ਹੋਏ ਜਨਮ ਗਵਾਇਆ ਬਾਦ ਇਸ ਕਰਕੇ ਮਰਦਾਇ ਹੁਕਮਨਾਮਾ ਹੈ ਕਿ ਜਪਜੀ ਸਾਹਿਬ ਜਾਪ ਸਾਹਿਬ ਪੜਨਾ ਅਤ ਜ਼ਰੂਰੀ ਹੈ ਜੇ ਕੋਈ ਸ਼ੱਕਣਾ ਵੀ ਹੈ ਤੇ ਬਾਅਦ ਹੀ ਸ਼ੱਕਣਾ ਹੈ ਜੇ ਕੋਈ ਖਾਣਾ ਪੀਣਾ ਵੀ ਹੈ ਜੋ ਪੰਜ ਬਾੜੀਆਂ ਤੋਂ ਬਾਅਦ ਹੈ ਇਹ ਤਾਂ ਘਟੋ ਘਟ ਜਪਜੀ ਸਾਹਿਬ ਜਾਂ ਜਾਪ ਸਾਹਿਬ ਜ਼ਰੂਰੀ ਹੈ